बेसिकली आपने लव एंड लाइज गाना तो सुन लिया होगा बट आप जसमानक का नेक्स्ट गाने का वेट कर रहे होंगे तो वैसे में जसमानक का नया गाना कब आएगा फरवरी मार्च या फिर अप्रैल आपको बताने वाले हैं क्या न्यूज़ है पहली बात आपको बताएं तो ये बातें जसमानक ने अपने लाइव वीडियो में बताया था सो चलो आपको बताते हैं क्या बोले थे जसमानक कब तक आएगा जसमानक का नया गाना दिखाने वाले हैं ਕੁਝ ਫਿਕਸ ਨਹੀਂ ਹੁੰਦਾ ਕਿ ਮੈਂ ਅੱਗੇ ਕੀ ਕਰਨਾ ਮੇਰੇ ਕੀ ਪਲਾਨਸ ਆ ਹਨਾ ਤੇ ਕੀ ਪਤਾ ਮੇਰੇ ਦਿਲ ਆਇਆ ਕਿ ਮੈਂ ਅਗਲਾ ਗਾਣਾ ਸ਼ਾਇਦ ਮਿਡ ਫੈਬਰੂਰੀ ਪਾਦਮਾ ਜੇ ਨਹੀਂ ਆਇਆ ਤਾਂ ਸ਼ਾਇਦ ਮਾਰਚ ਦੇ ਪਾਦਮਾ ਕਿ ਇਹ ਇੱਕ ਬਟ ਮੈਟਰ ਕੀ ਕਰਦਾ ਕਿ ਜੇ ਤੁਸੀਂ ਫੀਲ ਕਰਦੇ ਆ ਨਾ ਬਸ ਕਰ ਦਿਓ ਕਿਉਂਕਿ ਸਭ ਤੋਂ ਵੱਡਾ ਮੈਟਰ ਰਿਵਿਊ ਕਰਦਾ ਆ ਤੁਹਾਡਾ ਮੈਟਰ ਜਿਹੜਾ ਰਿਵਿਊ ਕਰਦਾ ਤੁਹਾਡਾ ਕਰਦਾ ਆ ਬਸ ਇਹੀ ਆ ਤੁਸੀਂ ਜਿਹੜੇ ਆਰਟਿਸਟ ਆ ਨਾ ਜਿਨੇ ਗਾਣਾ ਦੇਣਾ ਆ ਜਿਨੇ ਖੁਦ ਲੋਕਾਂ ਦੇ ਕੰਨਾਂ ਵਿੱਚ ਜਾ ਕੇ ਵੱਜਣਾ ਆ ਉਹ ਸਭ ਤੋਂ ਜ਼ਿਆਦਾ ਖੁਸ਼ ਹੋਣਾ ਚਾਹੀਦਾ ਫੇਕ ਤੇ ਜਾ ਕੇ ਚੀਜ਼ ਕੋਈ ਕਰਦੀ ਆ ਪਰ ਇਦਾਂ ਹੋਣੀ ਆ ਸਰਪ੍ਰਾਈਜ਼ਲੀ ਐਕਸੀਡੈਂਟਲੀ ਕੁਝ ਵੀ ਸਾਡੇ ਸਿੱਟਾਂਗੇ ਤੁਸੀਂ ਪਸੰਦ ਕਰੋਗੇ ਹੋਰ ਕੁਝ ਨਹੀਂ ਹੋਰ ਬਸ ਮੇਰੇ ਜਿਨਾਂ ਵਿਲਨ ਇਨਸਾਨ ਕੋਈ ਨਹੀਂ ਸੋ ਬੇਸਿਕਲੀ ਜਸਮਾਨਕ ਆਪਣਾ ਨਵਾਂ ਗਾਣਾ ਜੋ ਹੈ ਫਰਵਰੀ ਆ ਫਿਰ ਮਾਰਚ ਤੱਕ ਇਸ ਕਰਨੇ ਵਾਲਾ ਹੈ ਬੇਸਿਕਲੀ ਆਪਕੇ ਰਿਵਿਊ ਤੇ اٹਕਾ ਹੈ ਜਸਮਾਨਕ ਬਾਕੀ ਜਲਦੀ ਆਏਗਾ ਨਵਾਂ ਗਾਣਾ